ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਟਰਸਟਿੰਗ ਫੈਕਟਸ ਬਾਰੇ ਤੇ ਹੁਣ ਗੱਲ ਕਰਦੇ ਹਾਂ ਫੈਕਟ ਬਾਰੇ ਰੌਬਟ ਇਵੈਂਸ ਨਾਮ ਦਾ ਬੰਦਾ ਗਰੀਬ ਤੇ ਬੇਕਾਰ ਸੀਗਾ ਅਤੇ ਕੀ ਹੋਇਆ ਕਿ ਇੱਕ ਦਿਨ ਸੜਕ ਦੇ ਵਿੱਚ ਕਾਰ ਬੈਠਾ ਹੋਇਆ ਸੀ ਤੇ ਇਸ ਦੀ ਬਹੁਤ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਵਿੱਚ ਲੈ ਕੇ ਗਏ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਭਿਆਨਕ ਟੱਕਰ ਹੋਣ ਦੇ باوجود ਇਹ ਬੰਦਾ ਬਚ ਗਿਆ ਤੇ ਇਸ ਤੇ ਮਾਮੂਲੀ ਪੱਟੀਆਂ ਹੀ ਕੀਤੀਆਂ ਗਈਆਂ ਅਤੇ 7 ਘੰਟਿਆਂ ਬਾਅਦ ਇਸ ਨੂੰ ਛੁੱਟੀ ਦੇ ਦਿੱਤੀ ਗਈ। ਅਜੇ ਜਦੋਂਕਰ ਵਾਪਸ ਜਾ ਰਿਹਾ ਹੁੰਦਾ ਹੈ ਤੇ ਇਸ ਦੀ ਪੁੱਲ ਤੇ ਫਿਰ ਟੱਕਰ ਹੋ ਜਾਂਦੀ ਹੈ। ਅਤੇ ਟ੍ਰੇਨ ਆ ਜਿਹੜੀ ਇਸ ਨੂੰ ਸਿੱਧਾ ਪਾਣੀ ਵਿੱਚ ਛੁੱਟ ਦਿੰਦੀ ਹੈ ਅਤੇ ਫਿਰ ਇਸ ਬੰਦੇ ਨੂੰ ਉਸੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ। ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਬੰਦਾ ਇਸ ਵਾਰ ਵੀ ਬਚ ਜਾਂਦਾ ਹੈ ਅਤੇ ਇਸ ਤੇ ਫੇਰ ਮਾਮੂਲੀ ਸੱਟਾਂ ਹੀ ਲੱਗਦੀਆਂ ਹਨ। ਅਤੇ ਇਸ ਤੋਂ ਵੇਰਵਾ ਕਰਨ ਵਾਲੀ ਗੱਲ ਇਹ ਹੈ ਕਿ ਇਸ ਨੂੰ 7 ਘੰਟਿਆਂ ਬਾਅਦ ਛੁੱਟੀ ਮਿਲ ਜਾਂਦੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਧੰਨਵਾਦ